ਦੇਖੀਏ, ਹਮਾਰੀ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਕਿ ਸਾਰੇ ਪੰਜਾਬ ਦੇ ਵਿੱਚ ਅਤੇ ਜਲੰਧਰ ਰੂਰਲ ਪੁਲਿਸ ਵੀ ਡਰੱਗਸ ਦੇ ਖਿਲਾਫ਼ ਆਪਾਂ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਪਿਛਲੇ 3 ਹਫ਼ਤਿਆਂ ਤੋਂ ਅਸੀਂ ਵੱਖ ਵੱਖ ਕੇਸਿਸ ਵੀ ਦਰਜ ਕੀਤੇ ਹੈਗੇ ਹੈ, NDPS ਦੇ ਮੁਰਜ਼ਮਾਂ ਨੂੰ ਵੀ ਫੜਿਆ ਹੈ, ਪ੍ਰੋਪਰਟੀਜ਼ ਵੀ ਸੀਜ਼ ਕੀਤੀਆਂ ਨੇ, ਤੁਹਾਨੂੰ ਉਹ ਵੀ ਦੱਸਾਂਗੇ। ਹੋਰ ਕਾਫ਼ੀ ਕੇਸਿਸ 'ਚ ਅਸੀਂ ਪ੍ਰੋਪਰਟੀਜ਼ ਵੀ ਸੀਜ਼ ਕੀਤੀਆਂ ਨੇ। ਓਕੇ, ਸੋ ਉਸੇ ਲੜੀ ਦੇ ਵਿੱਚ ਜਿਹੜਾ ਸਾਡਾ ਐਕਸ਼ਨ ਅਗੇਂਸਟ ਡਰੱਗਸ ਉਹ ਕੰਟੀਨਿਊਡ ਹੈ। ਕੱਲ੍ਹ ਵੀ ਜਿਹੜੀ ਈਵਨਿੰਗ ਪੈਟਰੋਲਿੰਗ ਦੇ ਦੌਰਾਨ ਫਿਲੌਰ ਪੁਲਿਸ ਵੱਲੋਂ ਇੱਕ ਜਿਹੜੀ ਸ਼ੱਕੀ ਗੱਡੀ ਸੀਗੀ, ਜਦੋਂ ਆਪਾਂ ਫਿਲੌਰ ਤੋਂ ਟੂਅਰ ਜਲੰਧਰ ਆਉਂਦੇ ਹੈਗੇ ਹਾਂ, ਤਾਂ ਖੱਬੇ ਹੱਥ ਈਵਨਿੰਗ ਦਾ ਟਾਈਮ ਸੀਗਾ, ਉਹਦੇ ਅਰਾਊਂਡ ਉਦੋਂ ਜਿਹੜਾ ਹੈਗਾ ਨੈਸ਼ਨਲ ਹਾਈਵੇ ਦੇ ਸਾਈਡ 'ਤੇ ਗੱਡੀ ਲਗਾਈ ਹੋਈ ਸੀ, ਅੰਮ੍ਰਿਤਸਰ ਸਲੀਪਰ ਰੋਡ ਔਰ ਬਿਲਕੁਲ ਨੈਸ਼ਨਲ ਹਾਈਵੇ ਦੇ ਸਾਈਡ 'ਤੇ, ਸਾਈਡ ਠੀਕ ਹੈ, ਉੱਥੇ ਗੱਡੀ ਲਗਾਈ ਹੋਈ ਸੀਗੀ, ਇੱਕ ਕਰੇਟਾ ਗੱਡੀ ਸੀਗੀ, ਅਤੇ ਬਾਹਰਲਾ ਨੰਬਰ ਸੀਗਾ PB02 ਸਮਥਿੰਗ, ਅੰਮ੍ਰਿਤਸਰ ਦਾ ਨੰਬਰ ਸੀ, ਅਤੇ ਉਹਦੇ ਵਿੱਚ ਬੇਸਿਕਲੀ ਉਹਦੇ ਸ਼ੀਸ਼ੇ ਵੀ ਕਾਲੇ ਸੀਗੇ, ਸਸਪੀਸ਼ੀਅਸ ਗੱਡੀ ਸੀ। ਸੋ ਜਦੋਂ ਸਾਡੀ ਹਾਂ ਅਤੇ ਜਾਲੀ ਲੱਗੀ ਹੋਈ ਸੀ, ਅਤੇ ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤਾਂ 2 ਮੁੰਡੇ ਸਾਡੀ ਪਾਰਟੀ ਨੂੰ ਲੱਭੇ, ਅਤੇ ਸਸਪੀਸ਼ੀਅਸ ਸੀਗਾ, ਕੋਈ ਲੱਗਦਾ ਸੀਗਾ ਵੀ ਕੋਈ ਸ਼ੱਕੀ ਚੀਜ਼ ਹੋ ਸਕਦੀ ਹੈ, ਅਤੇ ਮੌਕੇ 'ਤੇ ਅਸੀਂ ਆਪਣੇ ਆਫਿਸਰ ਨੂੰ ਵੀ ਉੱਥੇ ਬੁਲਾਇਆ ਗਿਆ, ਜਿਹੜੇ ਸਾਡੇ DSP ਫਲੋਰ ਹੈ, ਉਹਨਾਂ ਦੀ ਸਰਚ ਕੀਤੀ ਗਈ, ਅਤੇ ਅਲਟੀਮੇਟਲੀ ਫਿਰ ਉਹਨਾਂ ਤੋਂ ਕੰਟਰਾਬੈਂਡ ਜਿਹੜਾ ਮੈਟਮਫੀਟਾਮੀਨ ਜਿਹਨੂੰ ਆਪਾਂ ਆਮ ਭਾਸ਼ਾ 'ਚ ਆਈਸ ਕਹਿ ਦਿੰਦੇ ਹਾਂ, ਉਹ ਰਿਕਵਰ ਹੋਈ, ਉਹਦਾ ਵੇਅ ਕੀਤਾ ਗਿਆ, 4 ਗ੍ਰਾਮ ਆਈਸ ਮਿਲੀ, ਅਤੇ ਨਾਲ ਇੱਕ ਵੇਇੰਗ ਸਕੇਲ ਵੀ ਸੀਗਾ, ਫੋਨ ਵੀ ਉਹਨਾਂ ਕੋਲ, 2 ਫੋਨ ਇੱਕ ਲੜਕੇ ਕੋਲ ਸੀਗੇ ਜਿਹਦਾ ਨਾਮ ਲਵਪ੍ਰੀਤ ਹੈਗਾ, ਪੁੱਤਰ ਗੁਰਪ੍ਰੀਤ, ਇਹ ਚੀਮਾਬਾੜ ਦਾ, ਬਿਆਸ ਥਾਣੇ ਦਾ, ਅਤੇ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ 'ਤੇ ਬੈਠਾ ਸੀਗਾ ਗੱਡੀ ਦੀ, ਉਹਦਾ ਨਾਮ ਹਰਪ੍ਰੀਤ ਉਰਫ ਹੈਪੀ ਹੈਗਾ, ਅਤੇ ਇਹ ਹੈਗਾ ਪੁੱਤਰ ਤਰਸੇਮ ਸਿੰਘ ਵਾਸੀ ਜੱਲੂਪੁਰ ਖੇੜਾ ਥਾਣਾ ਖਿਲਚੀਆਂ, ਅਤੇ ਇਹਨਾਂ 'ਤੇ ਵਿੱਚੋਂ ਨਾਲ ਲਾਈਟਰ ਵੀ ਮਿਲਿਆ, ਅਤੇ ਨਾਲ ਹੋਰ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਾਨੂੰ ਰਿਕਵਰ ਹੋਈ, ਵਿੰਗਸ ਕੋਲ ਵੀ ਮਿਲਿਆ। ਇੱਕ ਮਿੰਟ ਲੈਟ ਮੀ ਕੰਪਲੀਟ। ਉਹ ਤੋਂ ਬਾਅਦ ਫਿਰ ਜਦੋਂ ਅਸੀਂ ਹੋਰ ਡਿਟੇਲ 'ਚ ਦੀ ਪੁੱਛਗਿੱਛ ਕੀਤੀ ਸਾਰੀ, ਅਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ, ਇਹ ਇੱਕ ਸੰਦੀਪ ਅਰੋੜਾ ਨਾਮ ਦਾ ਬੰਦਾ ਲੁਧਿਆਣੇ ਤੋਂ, ਉੱਥੋਂ ਲੈ ਕੇ ਆਏ ਸੀਗੇ, ਅਤੇ ਉੱਥੋਂ ਇਹਨਾਂ ਨੇ ਬਕਾਇਦਾ PayTM ਕਰਕੇ ਉਹਨੂੰ ਪੈਸੇ ਜਿਹੜੇ 10,000 PayTM ਪੇ ਕੀਤਾ, ਅਤੇ ਉਹਦੇ ਬਦਲੇ ਦੇ ਵਿੱਚ ਡਰੱਗ ਲੈ ਕੇ ਆਏ। ਸਰ ਤੁਸੀਂ ਮੈਡੀਕਲ ਵੀ ਕਰਾਇਆ ਕਿ ਮੈਡੀਕਲ ਰਿਪੋਰਟ 'ਚ ਕਿਹਾ ਕਿ ਲੋਕ ਲੈਂਦੇ ਸੀ ਬੰਦੇ? ਦੇਖੋ, ਇਹਦਾ ਵਿੱਚ ਅਸੀਂ ਡਿਟੇਲ 'ਚ ਮੈਡੀਕਲ ਵੀ ਕਰਾਇਆ ਹੈਗਾ, ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜੀ, ਜਿਹੜਾ ਰਿਜ਼ਲਟ ਹੈਗਾ ਦੋਨੋਂ ਪੋਜ਼ਿਟਿਵ ਆਏ ਹੈ। ਮਤਲਬ ਕਿ ਉਸ ਦੇ ਰਿਜ਼ਿਊਮ ਕਰ ਰਹੇ ਸੀਗੇ? ਨਹੀਂ, ਜਦੋਂ ਅਸੀਂ ਕਰ ਚੁੱਕੇ ਸੀਗੇ, ਨਹੀਂ ਜਦੋਂ ਅਸੀਂ ਦੇਖਿਆ ਜੀ, ਉਦੋਂ ਮਤਲਬ ਸ਼ੱਕੀ ਹਾਲਾਤ ਪਾਏ ਗਏ ਸੀਗੇ, ਉਦੋਂ ਕਰਨ ਦੀ ਤਿਆਰੀ ਸੀਗੇ, ਅਤੇ ਬਟ ਹਾਂ, ਬਟ ਜਿਹੜਾ ਡੋਪ ਟੈਸਟ ਹੈਗਾ ਯੂਰਿਨ ਦੇ ਵਿੱਚ ਪੋਜ਼ਿਟਿਵ ਆਇਆ, ਅਤੇ ਬਲੱਡ ਟੈਸਟ ਵੀ ਲਿੱਤਾ ਗਿਆ, ਉਹ ਵੀ ਅੱਗੇ ਡਿਟੇਲ ਉਹਦੀ ਰਿਪੋਰਟ। ਸਰ ਇਹ ਕੰਜ਼ਮਪਸ਼ਨ ਕਰਦੇ ਪਏ ਸੀ ਜਾਂ ਇਹ ਵੇਚਣ ਆਏ ਸੀਗੇ ਜਿਹੜੀ ਇਹ ਲੈ ਕੇ ਆਏ? ਨਹੀਂ, ਕੰਜ਼ਮਪਸ਼ਨ ਪਰਪਸ ਲਈ ਲੈ ਕੇ ਆਏ ਸੀ, ਦੋਨੇ ਡਰੱਗਸ ਦੇ ਆਦੀ ਹੈ ਜੀ, ਕੰਜ਼ਮਪਸ਼ਨ ਪਰਪਸ ਲਈ ਹੈ, ਡੋਪ ਟੈਸਟ ਪੋਜ਼ਿਟਿਵ ਹੈਗਾ, ਤਾਂ ਆਪਾਂ ਉਸ ਤੋਂ ਹਰਪ੍ਰੀਤ ਦਾ ਅੰਮ੍ਰਿਤਪਾਲ ਨਾਲ ਕੀ ਰਿਲੇਸ਼ਨ ਹੈ? ਹਾਂਜੀ, ਹਰਪ੍ਰੀਤ ਦਾ ਅੰਮ੍ਰਿਤਪਾਲ ਨਾਲ ਕੀ ਰਿਲੇਸ਼ਨ ਹੈ? ਦੇਖੋ, ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਹੈ, ਜੋ ਸਾਨੂੰ ਡਿਟੇਲ 'ਚ ਇਨਵੈਸਟੀਗੇਸ਼ਨ। ਦੇਖੋ, ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕੁਐਸਟ ਹੈਗੀ ਹੈ ਕਿ ਇਹਨੂੰ ਅਸੀਂ ਈਵਨਿੰਗ ਜਿਹੜੀ ਸਾਡੀ ਨੋਰਮਲ ਦੀ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ, ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸੋਲੂਟਲੀ ਤੁਸੀਂ ਦੇਖੋਗੇ ਵੀ, ਅਤੇ ਉਹ ਬਿਲਕੁਲ ਸਾਈਡ 'ਤੇ ਲਗਾਇਆ ਹੋਈ ਸੀਗੀ ਗੱਡੀ, ਉਹਦੇ ਵਿੱਚੋਂ ਰਿਕਵਰੀ ਹੋਈ ਹੈ। ਉਹ ਡਿਟੇਲ ਚੈੱਕ ਕਰਾਂਗੇ ਜੀ ਹੁਣ, ਸਾਰਾ ਐਵਰੀਥਿੰਗ ਵਿਲ ਬੀ ਚੈੱਕਡ ਇਨ ਡਿਟੇਲ। ਸਾਡੇ ਲਈ ਫਿਲਹਾਲ ਤਾਂ ਦੇਖੋ ਇਹ ਦੋਸ਼ੀ ਹੈਗੇ ਨੇ ਜੀ, 192 ਨੰਬਰ ਮੁਕੱਦਮਾ 2024 ਦਾ, ਅੰਡਰ ਸੈਕਸ਼ਨ ਹੈ ਹਾਂਜੀ। ਇਹਨੂੰ ਬਿਲਕੁਲ ਜੀ, ਇਹਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ, ਅਸੀਂ ਜਿਹੜਾ ਇਹ ਪਰਚਾ, ਇੱਕ ਮਿੰਟ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ, ਉਹ 22-27 NDPS 'ਚ, ਅਤੇ ਉਹਦੇ ਵਿੱਚ ਵਾਧਾ ਜਦੋਂ 29 NDPS ਦਾ ਕਰਤਾ, 29 ਦਾ ਮਤਲਬ ਇਹ ਹੁੰਦਾ ਕਿ ਜਿਸ ਤੋਂ ਲੈ ਕੇ ਆਏ ਹੋਣ ਅੱਗੇ, ਉਹ ਅਸੀਂ ਵਾਧਾ ਕਰਤਾ, ਅਤੇ ਸੰਦੀਪ ਅਰੋੜਾ ਇਹ ਹੈਗਾ ਈਟਾਨਗਰ ਥਾਣਾ ਹੈਬੋਵਾਲ, ਇਹਨੂੰ ਵੀ ਅਰੈਸਟ ਕਰ ਲਿਆ ਗਿਆ। ਸੋ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਰਡ ਚੇਨ ਹੈ, ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨੂੰ ਜਿਹੜੇ ਵੀ ਫੈਕਟ ਸਾਹਮਣੇ ਆਏ, ਟੋਟਲ ਹੁਣ ਤੱਕ 3 ਬੰਦੇ ਹੋਏ ਜੀ। ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਰਡਸ ਲੁਧਿਆਣੇ ਤੋਂ ਇੱਧਰ ਆ ਰਹੇ ਸੀਗੇ ਜੀ, ਅੰਮ੍ਰਿਤਸਰ ਵੱਲ ਜੀ, ਜਿਹੜਾ ਉੱਥੇ ਹੋਈ ਹੈ ਜੀ ਜੀ।